नानक की। बेनंती प्रभु जी, नाम रहा लिवलाई, नानक की बेनंती प्रभु जी, नाम रहा लिव सत नाम वाहे गुरु, 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 सत
ਧੰਨ ਵਾਹਿਗੁਰੂ
वाहे गुरु
ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਸਤਿ ਨਾਮ ਵਾਹਿਗੁਰੂ ਸਾ
वाहेगुरु 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 वाहेगुरु
ਕੁਝ ਮਿੰਟ ਹੋਰ ਰਹਿੰਦੇ ਨੇ, ਆਪਾਂ ਸ਼ੁਰੂ ਵੀ ਲੇਟ ਹੀ ਥੋੜ੍ਹਾ ਜਿਹਾ ਕੀਤਾ। ਇੱਕ ਦੋ ਬਚਨ ਆਪ ਜੀ ਦੇ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ। ਇਹ ਨੌਜਵਾਨਾਂ ਦਾ ਜਿਹੜਾ ਉਪਰਾਲਾ, 4 ਸਾਲ ਹੋ ਗਏ ਨੇ ਆਪ ਜੀ ਦੇ ਮਨ ਨੂੰ ਉਹ ਸੀਤਲਤਾ ਪਹੁੰਚਾਉਣ ਦੀ, ਜਿਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਚੰਦਨ ਚੰਦਨ ਸਰਦ ਰੁੱਤ ਮੂਲ ਨ ਮਿੱਟੀ ਘਾਮ, ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ। ਇਹ ਹਰੀ ਦਾ ਨਾਮ ਇਸ ਕਰਕੇ ਆਪ ਜੀ ਨੂੰ ਜਪਾ ਰਹੇ ਨੇ ਕਿ ਇਹ ਜਿਹੜਾ ਭਾਂਡਾ ਇਹ ਸਾਫ਼ ਹੋ ਜਾਵੇ। ਜਿਹੜੇ ਅਜੇ ਤੱਕ ਬੇਅਮਰਤੀਏ ਨੇ, ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਨਹੀਂ ਛਕੀ, ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਹੁਕਮ ਨੂੰ ਪ੍ਰਵਾਨ ਕਰਦੇ ਹੋਏ, ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਨੇ ਹੁਕਮ ਲਾਇਆ ਆਪਾਂ ਨੂੰ ਵੀ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ, ਰਹਿਤ ਬਿਨਾ ਨਾ ਸਿੱਖ ਆਖਾਵੇ, ਜਿੰਨੇ ਮਰਜ਼ੀ ਆਪਾਂ ਖਵਾਈ ਜਾਈਏ। ਪਰ ਜੇ ਗੁਰੂ ਸਾਨੂੰ ਇਹ ਕਹਿਣ ਡਿਆ ਆ, ਤਾਂ ਮੈਨੂੰ ਬੈਠੇ ਬੈਠੇ ਨੂੰ ਮਸਕੀਨ ਸਾਹਿਬ ਦਾ ਇੱਕ ਬਚਨ ਯਾਦ ਆਇਆ, ਆਪ ਜੀ ਨੇ ਸੁਣਿਆ ਹੋਏਗਾ। ਕਹਿੰਦੇ ਨੇ, ਬੰਦਾ ਦੁਨੀਆਂ ਦੇ ਨਾਲ ਬਹਿ ਸਕਦਾ, 10, 20, 50 ਪ੍ਰਾਣੀਆਂ ਦੇ ਨਾਲ ਬਹਿ ਸਕਦਾ, ਪਰ ਬੰਦਾ ਇਕੱਲਾ ਆਪਣੇ ਨਾਲ ਨਹੀਂ ਬਹਿ ਸਕਦਾ। ਯਾਰਾਂ ਦੋਸਤਾਂ ਮਿੱਤਰਾਂ ਦੇ ਕਹਿ ਦੇ ਉੱਤੇ ਸ਼ਰਾਬ ਪੀ ਸਕਦਾ, ਮੀਟ ਖਾ ਸਕਦਾ, ਹੋਰ ਹਰ ਇੱਕ ਤਰ੍ਹਾਂ ਦੇ ਟੋਕਸੀਕੇਸ਼ਨ ਕਰ ਸਕਦਾ, ਪਰ ਜਿਹਦੇ ਕੋਲੋਂ ਮੰਗ ਕੇ ਖਾਣ ਡਿਆ ਆ, ਜਿਹਦੇ ਮੂਹਰੇ ਰੋਜ਼ ਅਰਦਾਸਾਂ ਕਰਨ ਡਿਆ ਆ, ਜਿਹਦੇ ਜਨਮ ਅਤੇ ਮਰਨ ਦੇ ਵਿੱਚ ਸਹਾਈ ਹੁੰਦਾ, ਉਹਦੇ ਆਖੇ ਲਾ ਕੇ ਇਹ ਖੰਡੇ ਬਾਟੇ ਦੀ ਪੌਲ ਛੱਕ ਕੇ ਆਪਣਾ ਜੀਵਨ ਸੁਹੇਲਾ ਨਹੀਂ ਕਰਨਾ ਚਾਹੁੰਦਾ। ਪਰ ਇਕੱਲੇ ਕਿਉਂ ਆਪਾਂ ਨਹੀਂ ਬਹਿੰਦੇ? ਜਦੋਂ ਆਪਾਂ ਸਾਰਿਆਂ ਦੇ ਵਿੱਚ ਬੈਠੇ ਹੁੰਦੇ ਨਾ, ਉਸ ਵੇਲੇ ਸਾਨੂੰ ਲੋਕਾਂ ਦੇ ਔਗਣ ਦਿਸਣੇ ਸ਼ੁਰੂ ਹੋ ਜਾਂਦੇ ਨੇ। ਜਦੋਂ ਆਪਾਂ ਇਕੱਲੇ ਬੈਠਾਂਗੇ ਨਾ, ਇਕੱਲੇ ਬੈਠ ਕੇ ਨਾਮ ਸਿਮਰਨ ਕਰਾਂਗੇ, ਇਹ ਮਨ ਨੂੰ ਆਪਣੇ ਔਗਣ ਦਿਸਣੇ ਸ਼ੁਰੂ ਹੋ ਜਾਣਗੇ। ਜਿੱਦਣ ਆਪਾਂ ਆਪਣੇ ਔਗਣ ਛੱਡਣੇ ਸ਼ੁਰੂ ਕਰ ਦਿੱਤੇ, ਆਪਣੇ ਔਗਣ ਦੇਖਣੇ ਸ਼ੁਰੂ ਕਰ ਦਿੱਤੇ, ਉਦਣ ਇਸ ਮਨ ਨੂੰ ਵਿਕਾਰਾਂ ਦੇ ਕਿਲੇ ਦੇ ਵਿੱਚੋਂ ਆਪਾਂ ਆਜ਼ਾਦ ਕਰਵਾ ਸਕਦੇ ਹਾਂ। ਭਾਈ ਮਹਾਂ ਸਿੰਘ ਹੁਣਾਂ ਤਾਂ ਟੁੱਟੀ ਗੱਢ ਲਈ ਆਪਣੀ। ਆਓ ਗੁਰੂ ਕੇ ਪਿਆਰਿਓ, 2-4 ਮਿੰਟ ਹੋਰ ਆਪਾਂ ਇਸੇ ਤਰ੍ਹਾਂ ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਕੁਝ ਬੇਨਤੀਆਂ ਕਰ ਲਈਏ। ਆਓ, ਪਿਛਲੇ ਸਾਲ ਵੀ ਇਹੀ ਆਪ ਜੀ ਦੇ ਚਰਨਾਂ ਦੇ ਵਿੱਚ ਫਰਿਆਦ ਕੀਤੀ ਸੀ, ਐਤਕੀ ਵੀ ਕਰਦੇ ਹਾਂ, ਪਰ ਕਿਤੇ ਤਨ ਅਤੇ ਮਨ ਨੂੰ ਇਕਾਗਰ ਕਰਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਹਿ ਦਈਏ। ਟੁੱਟੀ ਗੰਢ ਲਓ ਸਤਿਗੁਰੂ ਜੀ, ਟੁੱਟੀ ਗੰਢ ਲਓ ਵਾਹਿਗੁਰੂ। ਆਪਾਂ ਟੁੱਟੀ ਗੋਡੀ ਬਣਾਉਣ ਵਾਸਤੇ ਵੀ ਸੰਸਾਰ ਦੇ ਉੱਤੇ ਆਏ ਹੋਏ ਹਾਂ, ਕਿਤੇ ਆਪਣੀ ਵੀ ਨਿਭ ਜਾਵੇ ਜਿੱਦਾਂ ਇਹਨਾਂ 40 ਮੁਕਤਿਆਂ ਦੀ ਬੰਦੀ ਨਿਭ ਗਈ ਆ। ਅਤੇ ਕਰੋ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਦਾ, ਜਿਨ੍ਹਾਂ ਨੇ ਇਸ ਤਰ੍ਹਾਂ ਦੇ ਨੌਜਵਾਨਾਂ ਨੂੰ ਇਹ ਹਿੰਮਤ ਦਿੱਤੀ, ਇਹ ਤਾਕਤ ਦਿੱਤੀ ਕਿ ਤੁਸੀਂ ਇਹ ਭਾਂਡੇ ਨੂੰ ਸਾਫ਼ ਕਰ ਸਕੋ, ਇਹ ਮਨ ਨੂੰ ਵਾਹਿਗੁਰੂ ਦਾ ਮੰਤਰ ਸੁਣਾ ਸਕੋ, ਕਰੋ ਕਿਰਪਾ। ਟੁੱਟੀ ਗੰਢ ਲਓ ਸਤਿਗੁਰੂ ਜੀ, ਟੁੱਟੀ ਗੰਢ ਲਓ ਵਾਹਿਗੁਰੂ ਜੀ, ਟੁੱਟੀ ਗੰਢ ਲਓ ਸਤਿਗੁਰੂ ਜੀ। ਟੁੱਟੀ ਗੰਢ ਲਓ ਸਤਿਗੁਰੂ ਜੀ, ਟੁੱਟੀ ਗੰਢ ਲਓ ਵਾਹਿਗੁਰੂ ਜੀ, ਮੈਂ ਨਿੱਤ ਅਰਦਾਸ ਕਰਾਂ, ਮੈਂ ਨਿੱਤ ਅਰਦਾਸ ਕਰਾਂ। ਗੰਢ ਲਓ ਸਤਿਗੁਰੂ ਜੀ, ਟੁੱਟੀ ਗੰਢ ਲਓ ਵਾਹਿਗੁਰੂ ਜੀ, ਮੈਂ ਨਿੱਤ ਅਰਦਾਸ ਕਰਾਂ, ਮੈਂ ਨਿੱਤ ਅਰਦਾਸ ਕਰਾਂ। ਟੁੱਟੀ ਗੰਢ ਲਓ ਸਤਿਗੁਰੂ ਜੀ, ਟੁੱਟੀ ਗੰਢ ਲਓ ਵਾਹਿਗੁਰੂ ਜੀ, ਮੈਂ ਨਿੱਤ ਅਰਦਾਸ ਕਰਾਂ, ਮੈਂ ਨਿੱਤ ਅਰਦਾਸ ਕਰਾਂ। ਟੁੱਟੀ ਗੰਢ ਸਤਿਗੁਰੂ ਜੀ, ਟੁੱਟੀ ਗੰਢ ਲਓ ਸਤਿਗੁਰੂ ਜੀ, ਮੈਂ ਨਿੱਤ ਅਰਦਾਸ ਕਰਾਂ, ਮੈਂ ਨਿੱਤ ਅਰਦਾਸ ਕਰਾਂ। ਟੁੱਟੀ ਗੰਢ ਲਓ ਵਾਹਿਗੁਰੂ ਜੀ, ਟੁੱਟੀ ਗੰਢ ਲਓ ਸਤਿਗੁਰੂ ਜੀ, ਮੈਂ ਨਿੱਤ ਅਰਦਾਸ ਕਰਾਂ, ਮੈਂ ਨਿੱਤ ਅਰਦਾਸ ਕਰਾਂ। ਟੁੱਟੀ ਗੰਢ ਲਓ ਸਤਿਗੁਰੂ ਜੀ, ਟੁੱਟੀ ਗੰਢ ਲਓ ਵਾਹਿਗੁਰੂ ਜੀ, ਮੈਂ ਨਿੱਤ ਅਰਦਾਸ ਕਰਾਂ, ਮੈਂ ਨਿੱਤ ਅਰਦਾਸ ਕਰਾਂ। ਟੁੱਟੀ ਗੰਢ ਲਓ ਵਾਹਿਗੁਰੂ ਜੀ, ਟੁੱਟੀ ਗੰਢ ਲਓ ਸਤਿਗੁਰੂ ਜੀ, ਮੈਂ ਨਿੱਤ ਅਰਦਾਸ ਕਰਾਂ, ਮੈਂ ਨਿੱਤ ਅਰਦਾਸ ਕਰਾਂ, ਮੈਂ ਨਿੱਤ ਅਰਦਾਸ ਕਰਾਂ।
नित अरदास करां। टूटी गंढ लो सतगुरु जी, टूटी गंढ लो वाहेगुरु जी, मैं नित अरदास करां, मैं नित अरदास करां। टूटी गंढ लो सतगुरु जी, टूटी गंढ लो वाहेगुरु जी, मैं नित अरदास करां, मैं नित अरदास करां, मैं नित अरदास करां, मैं नित अरदास करां। टूटी गंढ लो सतगुरु जी, टूटी गंढ लो वाहेगुरु जी, टूटी गंढ लो सतगुरु जी, टूटी गंढ